ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਕਹਾਣੀ ਦਾ ਨਾਮ ਹੈ ਰਾਸਲੀਲਾ, ਜਿਸ ਦੇ ਲੇਖਕ ਨੇ ਪ੍ਰਿੰਸੀਪਲ ਸੁਜਾਨ ਸਿੰਘ। ਮੈਂ ਉਦੋਂ ਕੋਈ 9-10 ਸਾਲਾਂ ਦਾ ਹੋਵਾਂਗਾ, ਜਿਸ ਕੋਠੀ 'ਚ ਅਸੀਂ ਰਹਿੰਦੇ ਸਾਂ ਉਸਦੇ ਵਿੱਚ ਰਹਿਣ ਲਈ 3 ਟੱਬਰਾਂ ਲਈ ਖੁੱਲ੍ਹੀ ਥਾਂ ਸੀ। ਇੱਕ ਹਿੱਸੇ ਵਿੱਚ ਅਸੀਂ ਰਹਿੰਦੇ ਸਾਂ ਅਤੇ ਦੂਸਰੇ ਵਿੱਚ ਅੰਮ੍ਰਿਤਸਰ ਦੇ ਮਸ਼ਹੂਰ ਠੇਕੇਦਾਰ ਸਰਦਾਰ, ਤੀਸਰਾ ਵੀ ਇੱਕ ਹਿੰਦੂ ਵਪਾਰੀ ਸੀ ਅਤੇ ਉਸਦੀ ਉਮਰ ਮੇਰੀ ਹੁਣ ਦੀ ਪਰਖ ਅਨੁਸਾਰ ਕੋਈ 60-65 ਸਾਲ ਦੀ ਸੀ। ਉਹ ਮੇਰੇ ਜਨਮ ਤੋਂ ਹੀ ਇਸ ਵਾੜੀ ਵਿੱਚ ਰਹਿੰਦਾ ਸੀ ਅਤੇ ਮੇਰੇ ਨਾਲ ਬੜਾ ਪਿਆਰ ਕਰਦਾ ਸੀ। ਮੈਂ ਸੁਣਿਆ ਸੀ ਕਿ ਉਸ ਤੋਂ ਸਿਵਾ ਹੋਰ ਕੋਈ ਨਹੀਂ ਸੀ, ਖਬਰੇ ਇਸੇ ਕਰਕੇ ਉਸਨੇ ਆਪਣਾ ਵਿਆਹ ਉੱਥੋਂ ਦੇ ਗਰੀਬ ਘਰ ਨੂੰ ਪੈਸੇ ਦੇ ਕੇ ਕੀਤਾ ਸੀ। 3-4 ਮਹੀਨੇ ਤੋਂ ਮੈਂ ਬਾਬੇ ਦਾ ਬੂਹਾ ਹਮੇਸ਼ਾ ਬੰਦ ਦੇਖਦਾ ਸਾਂ, ਭਾਵੇਂ ਬਾਹਰ ਜਾਂਦਾ ਕੁੰਡਾ ਕਦੇ ਨਹੀਂ ਸੀ ਲੱਗਾ ਹੁੰਦਾ। ਇੱਕ ਦਿਨ ਜਦ ਮੈਂ ਸਕੂਲੋਂ ਮੁੜਿਆ ਤਾਂ ਉਹ ਬੂਹਾ ਖੁੱਲ੍ਹਾ ਸੀ ਅਤੇ ਮੈਂ ਬਾਬੇ ਨੂੰ ਅੰਦਰ ਦੇਖ ਕੇ ਲਾਡ ਨਾਲ ਬਾਬਾ ਬਾਬਾ ਕਰਦਾ ਜਿਉਂ ਹੀ ਅੰਦਰ ਵੜਿਆ ਤਿਉਂ ਹੀ ਉਸ ਘੂਰੀ ਵੱਟ ਕੇ ਚਪੇੜ ਦਿਖਾਈ ਅਤੇ ਮੂੰਹ ਦੇ ਅੱਗੇ ਉਂਗਲ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਬਾਹਰ ਨਿਕਲ ਜਾਣ ਨੂੰ ਆਖਿਆ। ਮੈਂ ਹੈਰਾਨ ਸਾਂ ਅਤੇ ਹੈਰਾਨੀ ਦੇ ਨਿਸ਼ਾਨ ਜ਼ਰੂਰ ਬਾਬੇ ਨੇ ਵੀ ਮੇਰੇ ਚਿਹਰੇ ਤੋਂ ਪੜੇ ਹੋਣਗੇ। ਮੈਂ ਪਿਛਲੇ ਪੈਰੀਂ ਵਾਪਸ ਮੁੜਿਆ ਹੀ ਸਾਂ ਕਿ ਬਾਬੇ ਨੇ ਮੈਨੂੰ ਬਸਤੀ ਸਮੇਤ ਕੁਛੜ ਚੁੱਕ ਲਿਆ ਅਤੇ ਬਾਹਰ ਲਿਆ ਕੇ ਕਾਨਾ ਮੇਰੀ ਤਲੀ 'ਤੇ ਰੱਖ ਕੇ ਕਿਹਾ, ਕ੍ਰਿਸ਼ਨ ਹੁਣ ਮੈਨੂੰ ਚਾਚਾ ਆਖਿਆ ਕਰ, ਕਹੇਗਾ ਨਾ। ਆਪਣੇ ਸਵਾਲ ਦਾ ਜਵਾਬ ਮੇਰੇ ਹਾਂ ਵਿੱਚ ਸਿਰ ਹਿਲਾਉਣ ਤੋਂ ਲੈ ਕੇ ਉਸ ਮੈਨੂੰ ਪਿਆਰ ਨਾਲ ਥੱਲੇ ਉਤਾਰ ਦਿੱਤਾ। ਘਰ ਪਹੁੰਚਦਿਆਂ ਹੀ ਝਾਈ ਜੀ ਨੇ ਦੁੱਧ ਦਾ ਗਲਾਸ ਦਿੱਤਾ ਅਤੇ ਆਖਿਆ ਕਿ ਨਿੱਕੀ ਜਿਹੀ ਪਰੌਂਠੀ ਹੁਣੇ ਲਾ ਦਿੰਦੀ ਹਾਂ, ਇੰਨੇ ਨੂੰ ਬਾਬੇ ਦੀ ਨੌਕਰਾਣੀ ਮੈਨੂੰ ਬੁਲਾਉਣ ਆ ਗਈ। ਝਾਈ ਨੇ ਆਖਿਆ, ਜਾ ਕਾਕਾ, ਤੇਰੇ ਤਾਏ ਨੇ ਸੱਦਿਆ ਹੋਣਾ ਹੈ। ਮੈਂ ਹੈਰਾਨ ਹੋ ਪੁੱਛਿਆ, ਕਿਹੜਾ ਤਾਇਆ? ਠੇਕੇਦਾਰ ਤਾਇਆ, ਝਾਈ ਨੇ ਉੱਤਰ ਦਿੱਤਾ। ਕੱਪੜੇ ਵਾਲਾ ਤਾਇਆ, ਮੈਂ ਕਿਹਾ। ਬਾਬਾ ਤਾਂ ਆਖਦਾ ਸੀ ਮੈਂ ਤੇਰਾ ਚਾਚਾ ਹਾਂ। ਝਾਈ ਹੱਸ ਪਈ ਅਤੇ ਆਖਿਆ, ਉਸੇ ਸੱਦਿਆ ਹੈ, ਇਹ ਉਸਦੀ ਨਵੀਂ ਨੌਕਰਾਣੀ ਹੈ ਕਾਕਾ, ਤੇਰੀ ਤਾਈ ਨੇ ਸੱਦਿਆ ਹੋਣਾ ਹੈ। ਮੈਂ ਇਹੋ ਜਿਹੀਆਂ ਕਈ ਗੱਲਾਂ ਸੁਣ ਕੇ ਚਕਰਾ ਜਿਹਾ ਗਿਆ ਅਤੇ ਪਰੌਂਠੀ ਮੁੜ ਖਾਣ ਦੇ ਖਿਆਲ ਨਾਲ ਮੈਂ ਨੌਕਰਾਣੀ ਨਾਲ ਤੁਰ ਪਿਆ। ਮੈਂ ਜਦ ਚਾਚੇ ਦੇ ਅੰਦਰ ਵੜਿਆ ਤਾਂ ਉਸਨੇ ਮੈਨੂੰ ਪਹਿਲੇ ਵਾਂਗ ਕੁਛੜ ਚੁੱਕ ਲਿਆ ਅਤੇ ਉਸੇ ਤਰ੍ਹਾਂ ਮੈਨੂੰ ਵੱਖੀ ਵਾਲੇ ਕਮਰੇ ਵਿੱਚ ਲੈ ਗਿਆ। ਲੋਹੇ ਦੇ ਪਲੰਗ ਲਾਗੇ ਇੱਕ ਲੰਮੀ ਅਲਮਾਰੀ ਦੇ ਆਦਮ ਕੱਦ ਸ਼ੀਸ਼ੇ ਵਿੱਚ ਇੱਕ ਕਣਕ ਪਿੰਨੀ ਪਤਲੀ ਮਲੂਕ ਤੀਵੀਂ ਆਪਣੇ ਗੋਡਿਆਂ ਤੱਕ ਲੰਮੇ ਕਾਲੇ ਭਾਰੇ ਵਾਲਾਂ ਨੂੰ ਸਵਾਰ ਰਹੀ ਸੀ। ਸ਼ੀਸ਼ੇ ਵਿੱਚੋਂ ਸਾਨੂੰ ਆਉਂਦਿਆਂ ਦੇਖ ਕੇ ਉਸ ਮੂੰਹ ਸਾਡੇ ਵੱਲ ਕਰਨ ਤੋਂ ਪਹਿਲਾਂ ਪੰਜਾਬੀ ਰਿਵਾਜ਼ ਅਨੁਸਾਰ ਸਾੜੀ ਦਾ ਪੱਲਾ ਸਿਰ 'ਤੇ ਲੈ ਲਿਆ। ਚਾਚਾ ਜੀ ਨੇ ਕਿਹਾ, ਕ੍ਰਿਸ਼ਨ ਤੇਰੀ ਚਾਚੀ। ਮੈਂ ਘਰ ਦੀ ਸਿੱਖਿਆ ਮੁਜਬ ਚਾਚੀ ਜੀ ਦੇ ਪੈਰਾਂ 'ਤੇ ਮੱਥਾ ਟੇਕਣ ਲਈ ਉਤਰਿਆ ਤਾਂ ਚਾਚੀ ਨੇ ਪੈਰ ਪਿਛਾਂਹ ਖਿੱਚ ਲਏ ਅਤੇ ਮੈਨੂੰ ਫੜ ਕੇ ਆਪਣੇ ਨਾਲ ਘੁੱਟ ਲਿਆ। ਮੇਰੀਆਂ ਬਾਹਾਂ ਜੋ ਮੱਸੀ ਉਸਦੀ ਕਮਰ ਤੱਕ ਪਹੁੰਚੀਆਂ ਸਨ ਪਿਆਰ ਨਾਲ ਦੁਆਲੇ ਕੱਸੀਆਂ ਗਈਆਂ। ਉਸਨੇ ਮੇਰੇ ਸਿਰ ਦੇ ਵਾਲਾਂ ਵਿੱਚ ਲੰਮੇ ਲੰਮੇ ਕੋਮਲ ਪੋਟੇ ਫਿਰਦਿਆਂ ਕਿਹਾ, ਕਿੱਡਾ ਪਿਆਰਾ ਬਾਲਕ ਹੈ। ਰਾਮ ਪਿਆਰੀ, ਚਾਚੇ ਨੇ ਕਿਹਾ, ਇਹ ਮੈਨੂੰ ਵੀ ਬੜਾ ਪਿਆਰਾ ਹੈ, ਮੈਂ ਇਸਨੂੰ ਪੋਟਿਆਂ ਨਾਲ ਮਿਣ ਮਿਣ ਕੇ ਪਾਲਿਆ। ਮੈਨੂੰ ਚੇਤਾ ਹੈ ਜਦ ਮੈਂ ਚਾਚੀ ਦੇ ਦੁਆਲਿਓਂ ਆਪਣੀਆਂ ਬਾਹਾਂ ਖੋਲ੍ਹੀਆਂ ਸਨ ਤਾਂ ਉਸ ਡੂੰਘਾ ਸਾਹ ਖਿੱਚਿਆ ਸੀ। ਚਾਚੇ ਨੇ ਪੁੱਛਿਆ, ਕਿਉਂ, ਕੀ ਗੱਲ ਹੈ ਪਿਆਰੀ? ਕੁਝ ਨਹੀਂ, ਉਸ ਫਿਰ ਉਸੇ ਤਰ੍ਹਾਂ ਕਰਦਿਆਂ ਕਿਹਾ ਅਤੇ ਕੁਝ ਠਹਿਰ ਕੇ ਮੈਨੂੰ ਬੜੇ ਪਿਆਰ ਨਾਲ ਪੁੱਛਿਆ, ਤੇਰਾ ਨਾਂ ਕੀ ਹੈ ਬੱਚੇ? ਮੇਰੇ ਦੱਸਣ 'ਤੇ ਉਸ ਗੈਰ ਪੰਜਾਬੀਆਂ ਵਾਂਗ ਦੁਹਰਾਇਆ, ਕ੍ਰਿਸ਼ਨ ਚੰਦਰ। ਵਾਲ ਬਿਨਾਂ ਸਾਂਭਿਆਂ ਸਾਬਣ ਨਾਲ ਹੱਥ ਧੋ ਕੇ ਇੱਕ ਪਿਰਚ ਵਿੱਚ ਮਲਾਈ ਚੌਲ ਪਾ ਕੇ ਉਸ ਮੈਨੂੰ ਖਾਣ ਲਈ ਦਿੱਤੇ। ਬੜੇ ਸਵਾਦਾਂ ਨਾਲ ਖਾ ਕੇ ਅਤੇ ਪਰੌਂਠੀ ਦਾ ਚੇਤਾ ਭੁੱਲ ਮੈਂ ਬਾਹਰ ਖੇਡਣ ਤੁਰ ਪਿਆ। ਕੋਈ ਤੀਸਰੇ ਦਿਨ ਮਗਰੋਂ ਦੀ ਗੱਲ ਹੈ, ਜਦ ਮੈਂ ਸਕੂਲੋਂ ਮੁੜ ਰਿਹਾ ਸਾਂ ਤਾਂ ਚਾਚੇ ਦੇ ਥੋੜ੍ਹੇ ਜਿਹੇ ਖੁੱਲ੍ਹੇ ਬੂਹੇ 'ਚੋਂ ਮੈਨੂੰ ਕੋਈ ਪਛਾਣੀ ਹੋਈ ਆਵਾਜ਼ ਬੁਲਾਉਂਦੀ ਜਾਪੀ। ਮੈਂ ਬਸਤੇ ਸਮੇਤ ਬੂਹਾ ਖੋਲ੍ਹ ਕੇ ਅੰਦਰ ਜਾ ਵੜਿਆ। ਅੰਦਰ ਕੋਈ ਨਹੀਂ ਸੀ, ਪਤਾ ਨਹੀਂ ਕਿਉਂ ਮੈਂ ਬਾਹਰ ਦਾ ਬੂਹਾ ਢੋ ਦਿੱਤਾ ਅਤੇ ਉਸ ਦਿਨ ਵਾਲੇ ਕਮਰੇ ਵੱਲ ਵਧਿਆ। ਚਾਚੀ ਉਸੇ ਤਰ੍ਹਾਂ ਫੇਰ ਵਾਲ ਸਵਾਰ ਰਹੀ ਸੀ। ਮੈਨੂੰ ਸ਼ੀਸ਼ੇ ਵਿੱਚੋਂ ਅੰਦਰ ਆਉਂਦਾ ਦੇਖ ਕੇ ਉਸ ਆਪਣਾ ਮੂੰਹ ਮੇਰੇ ਵੱਲ ਮੋੜ ਲਿਆ, ਪਰ ਕੱਲ੍ਹ ਵਾਂਗ ਉਸ ਸਿਰ 'ਤੇ ਸਾੜੀ ਕੋਈ ਨਾ ਲਈ, ਕੁਝ ਚਿਰ ਝਿਜਕ ਕੇ ਉਸ ਦਿਨ ਵਾਂਗ ਬਾਹਾਂ ਖਿਲਾਰ ਦਿੱਤੀਆਂ। ਮੈਂ ਉੱਥੇ ਖੜੋਤਾ ਹੀ ਉਸਦੇ ਗੋਲ ਸੋਹਣੇ ਚਿਹਰੇ ਵੱਲ ਤੱਕਦਾ ਰਿਹਾ। ਹੌਲੀ ਹੌਲੀ ਉਸਦੀਆਂ ਅੱਖਾਂ ਵਿੱਚ 2 ਮੋਟੇ ਮੋਟੇ ਅੱਥਰੂ ਇਕੱਠੇ ਹੋ ਗਏ, ਮੇਰੇ ਕੋਲੋਂ ਨਾਰਿਆ ਗਿਆ। ਮੈਂ ਇਹ ਵੀ ਨਾ ਪੁੱਛਿਆ ਕਿ ਰੋਂਦੀ ਕਿਉਂ ਹੈ ਅਤੇ ਬਾਹਾਂ ਪਸਾਰ ਕੇ ਜਿਉਂ ਹੀ ਅਗਾਂਹ ਵਧਿਆ ਉਹ ਗੋਡਿਆਂ ਭਾਰ ਹੋ ਗਈ। ਮੇਰੀਆਂ ਦੋਵੇਂ ਬਾਹਾਂ ਉਸਦੀ ਪਿੱਠ ਦੁਆਲੇ ਕੱਸੀਆਂ ਗਈਆਂ ਅਤੇ ਉਸਨੇ ਮੈਨੂੰ ਆਪਣੀ ਛਾਤੀ ਨਾਲ ਕੱਸ ਲਿਆ। ਉਸ ਦਿਨ ਮੈਂ ਪਹਿਲੀ ਵਾਰ ਕੋਮਲਤਾ ਦਾ ਅਹਿਸਾਸ ਕੀਤਾ। ਮੇਰੇ ਪਿੰਡੇ ਵਿੱਚ, ਸੱਚ ਦੱਸਦਾ ਹਾਂ, ਕੰਬਣੀ ਛਿੜ ਪਈ। ਚਾਚੀ ਨੇ ਸੱਜਾ ਹੱਥ ਢਿੱਲਾ ਕਰਕੇ ਮੇਰੀ ਗੱਲ
ਆਪਣੀ ਖੱਬੀ ਗੱਲ ਨਾਲ ਲਾ ਲਈ। ਕਿੰਨਾ ਚਿਰ ਹੀ ਅਸੀਂ ਇਸੇ ਤਰ੍ਹਾਂ ਰਹੇ। ਆਖਰ ਉਸਦੇ ਹੰਝੂ ਮੇਰੀ ਗੱਲਾਂ ਤੋਂ ਵਹਿ ਤੁਰੇ। ਇਹ ਗਿੱਲੇ ਵੀ ਸਨ ਅਤੇ ਕੋਸੇ ਵੀ। ਮੈਂ ਹੋਸ਼ ਵਿੱਚ ਆ ਗਿਆ ਸਾਂ। ਮੈਂ ਜਦ ਉਸਦੇ ਚਿਹਰੇ ਵੱਲ ਨੇੜਿਓਂ ਤੱਕਿਆ ਤਾਂ ਉਸਦੇ ਬੁੱਲ ਕੰਬ ਰਹੇ ਸਨ ਅਤੇ ਅੱਖਾਂ ਮਿੱਟੀਆਂ ਹੋਈਆਂ ਸਨ। ਆਖਰ ਉਸਦੀ ਦੂਸਰੀ ਬਾਂਹ ਵੀ ਢਿੱਲੀ ਹੋਈ ਅਤੇ ਉਸ ਹੌਲੀ ਹੌਲੀ ਅੱਖਾਂ ਖੋਲੀਆਂ। ਅੱਜ ਕੱਲ੍ਹ ਦੀ ਸੂਝ ਮੁਜਬ ਮੈਂ ਕਹਿ ਸਕਦਾ ਹਾਂ ਕਿ ਉਹ ਸੁੱਤੀਆਂ ਉੱਠੀਆਂ ਅੱਖਾਂ ਵਾਂਗ ਭਰੀਆਂ ਅਤੇ ਅਲਸਾਈਆਂ ਹੋਈਆਂ ਸਨ। ਮੈਂ ਪੁੱਛਣਾ ਚਾਹਿਆ, ਚਾਚੀ? ਉਸਨੇ ਅੱਧ ਚੋਂ ਹੀ ਰਲੀ ਮਿਲੀ ਬੰਗਲਾ ਅਤੇ ਹਿੰਦੀ ਵਿੱਚ ਕਿਹਾ, ਕ੍ਰਿਸ਼ਨ ਚੰਦਰ, ਮੇਰਾ ਨਾਂ ਰਾਧਾ ਹੈ, ਰਾਧਾ ਕਹਿ ਕੇ ਆਵਾਜ਼ ਮਾਰਿਆ ਕਰੋ। ਮੈਂ ਸਿਰ ਨਾਲ ਸਤਿਵਚਨ ਕਰਕੇ ਅਤੇ ਆਪਣੇ ਪਹਿਲੇ ਸਵਾਲ ਨੂੰ ਭੁੱਲਦਿਆਂ ਪੁੱਛਿਆ, ਚਾਚਾ ਕਿੱਥੇ ਹੈ? ਰਾਧਾ ਨੇ ਆਖਿਆ, ਉਹ ਮੰਗਲਾ ਹਰ ਦੁਕਾਨ ਲੈ ਕੇ ਗਿਆ। ਮੱਸਿਆ ਤੋਂ ਸਿਵਾ ਉਹ ਕਦੇ ਇਸ ਵੇਲੇ ਵਿਹਲਾ ਨਹੀਂ ਹੁੰਦਾ। ਨੌਕਰਾਣੀ? ਮੈਂ ਪੁੱਛਿਆ। ਉਹ ਕੱਢ ਦਿੱਤੀ, ਉਸ ਉੱਤਰ ਦਿੱਤਾ, ਉਹ ਚੰਗੀ ਨਹੀਂ ਸੀ ਅਤੇ ਹੁਣ ਮੈਂ ਸਭ ਕੰਮ ਆਪ ਕਰ ਸਕਾਂਗੀ। ਅਚਾਨਕ ਉਸਨੂੰ ਪਤਾ ਨਹੀਂ ਕੀ ਹੋਇਆ, ਉਸ ਮੇਰੇ ਬਸਤੇ ਨੂੰ ਜੋ ਹਾਲੇ ਤੱਕ ਮੇਰੇ ਮੋਢੇ ਤੋਂ ਖੱਬੀ ਵੱਖੀ ਵੱਲ ਲੰਬ ਰਿਹਾ ਸੀ ਉਤਾਰ ਦਿੱਤਾ, ਮੇਰਾ ਕੋਟ ਲਾਹ ਕੇ ਪਲੰਘ 'ਤੇ ਸੁੱਟ ਪਾਇਆ, ਮੇਰਾ ਬੂਟ ਤਸਮੇ ਖੋਲ੍ਹ ਕੇ ਲਾਹ ਦਿੱਤੇ, ਉਸ ਮੇਰੀ ਸਜੀ ਲੱਤ ਨੂੰ ਅਗਾਂਹ ਕਰਕੇ ਗੋਡੇ ਤੋਂ ਝੁਕਾ ਦਿੱਤਾ ਅਤੇ ਲੱਤ ਨੂੰ ਪੱਬ ਭਰਨੇ ਖੜ੍ਹੀ ਰਹਿਣ ਦਿੱਤਾ। ਖੱਬੀ ਲੱਤ ਜਿਉਂ ਦੀ ਤਿਉਂ ਸਿੱਧੀ ਰਹਿਣ ਦਿੱਤੀ। ਫਿਰ ਉਹ ਅੱਖਾਂ ਨਾਲ ਚਾਰ ਚੁਫੇਰੇ ਭਾਲ ਕਰਦੀ ਜਾਪੀ। ਫੁਰਤੀ ਨਾਲ ਉਹ ਇੱਕ ਕਿੱਲੀ ਤੋਂ ਲੱਕੜ ਦੀ ਸੋਟੀ ਲਾਹ ਲਿਆਈ ਅਤੇ ਮੇਰੇ ਦੋਹਾਂ ਹੱਥਾਂ ਵਿੱਚ ਲੰਮੇ ਦਾ ਫੜਾ ਕੇ ਇੱਕ ਸਿਰ ਵੱਲੋਂ ਮੇਰੇ ਬੁੱਲਾਂ 'ਤੇ ਰੱਖ ਦਿੱਤੀ। ਫਿਰ ਉਹ ਪਿਛਾਂਹ ਹਟ ਕੇ ਦੇਖਣ ਲੱਗ ਪਈ। ਉਸਦੇ ਬੁੱਲਾਂ 'ਤੇ ਇੱਕ ਕੋਮਲ ਮੁਸਕਰਾਹਟ ਆਈ ਅਤੇ ਉਸ ਲੰਮੀ ਸਾਰੀ ਹੂੰ ਕੀਤੀ। ਕੁਝ ਚਿਰ ਵਿੱਚੋਂ ਉਹ ਆਪਣੇ ਸ਼ਿੰਗਾਰ ਟੇਬਲ ਦੇ ਦਰਾਜ਼ ਵਿੱਚੋਂ ਇੱਕ ਗੁਲਾਬੀ ਰੇਸ਼ਮੀ ਫੀਤਾ ਕੱਢ ਲਿਆਈ ਅਤੇ ਉਸ ਨੂੰ ਮੇਰੇ ਸੁਨਹਿਰੀ ਵਾਲ ਪਰੇ ਹਟਾਉਂਦਿਆਂ ਹੋਇਆਂ ਸਿਰ ਦੁਆਲੇ ਬੰਨ੍ਹ ਕੇ ਖੱਬੇ ਕਰਨ ਲਾਗੇ ਫੁੱਲ ਬਣਾ ਦਿੱਤਾ। ਸ਼ੀਸ਼ੇ ਵਾਲੀ ਲੰਮੀ ਅਲਮਾਰੀ ਖੋਲ੍ਹ ਕੇ ਉਸ ਇੱਕ ਪੀਲੀ ਬਨਾਰਸੀ ਸਾੜੀ ਕੱਢੀ। ਉਸ ਨੂੰ ਫੋਲਦੀ ਫੋਲਦੀ ਉਹ ਦੂਸਰੀ ਕੰਧ 'ਤੇ ਇੱਕ ਵੱਡੀ ਤਸਵੀਰ ਵੱਲ ਵਧੀ, ਜਿਸ ਨੂੰ ਇੱਕ ਸਿਹਰਾ ਚੜਾਇਆ ਹੋਇਆ ਸੀ। ਬੜੇ ਗੌਹ ਨਾਲ ਉਸਨੂੰ ਦੇਖ ਉਹ ਮੇਰੇ ਵੱਲ ਮੁੜੀ ਅਤੇ ਮੇਰੇ ਲੱਕ ਦੁਆਲੇ ਉਸ ਤਸਵੀਰ ਨੂੰ ਦੇਖ ਦੇਖ ਕੇ ਧੋਤੀ ਬੰਨ੍ਹਣ ਲੱਗੀ। ਧੋਤੀ ਸਜਾ ਕੇ ਬੜੀ ਪ੍ਰਸੰਨ ਜਿਹੀ ਬਿਹਬਲਤਾ ਵਿੱਚ ਨਿਚਲੀ ਦਿਸਣ ਲੱਗੀ। ਠੇਕੇਦਾਰ ਸਰਦਾਰ ਦੀ ਨਿੱਕੀ ਕੁੜੀ ਨਵੇਂ ਖਿਡੌਣੇ ਨੂੰ ਆਪਣੇ ਵੱਡੇ ਵੀਰ ਕੋਲੋਂ ਲੈ ਕੇ ਇਸ ਤਰ੍ਹਾਂ ਕਰਦੀ ਹੁੰਦੀ ਸੀ। ਮੈਨੂੰ ਤਾਂ ਰਾਧਾ ਉਹੋ ਜਿਹੀ ਜਾਪੀ। ਥੋੜ੍ਹੇ ਚਿਰ ਮਗਰੋਂ ਉਸ ਫੁਰਤੀ ਨਾਲ ਸੋਟੀ ਖੋਹ ਕੇ ਬਸਤੇ ਲਾ ਕੇ ਵਗਾਹ ਮਾਰੀ, ਮੈਨੂੰ ਆਪਣੀਆਂ ਬਾਹਾਂ 'ਚ ਲੱਕ ਨਾਲ ਕੱਸ ਕੇ ਉਸ ਬੜੀ ਤੇਜ਼ੀ ਨਾਲ 5, 7, 10 ਭਾਂ ਭਾਂ ਬਿੱਲੀਆਂ ਕਰਕੇ ਮੈਨੂੰ ਖਿਲਾ ਦਿੱਤਾ। ਮੈਂ ਜਾ ਡਿੱਗਦਾ ਡਿੱਗਦਾ ਬਚਿਆ। ਉਸ ਮੇਰੀਆਂ ਤੱਤੀਆਂ ਤੱਤੀਆਂ ਜਾਪਦੀਆਂ ਗੱਲਾਂ ਨੂੰ ਦੋਹਾਂ ਤਲੀਆਂ 'ਚ ਘੁੱਟ ਕੇ ਮੇਰਾ ਮੱਥਾ ਅਤੇ ਵਾਲ ਚੁੰਮ ਲੈ। ਹੌਲੀ ਹੌਲੀ ਉਸ ਉਹ ਕੱਪੜੇ ਲਾ ਕੇ ਮੇਰੇ ਕੱਪੜੇ ਪਾ ਕੇ ਮੈਨੂੰ ਅੱਗੇ ਵਰਗਾ ਬਣਾ ਦਿੱਤਾ। ਬਾਵਰਚੀ ਖਾਨੇ 'ਚੋਂ ਦੁੱਧ ਦਾ ਇੱਕ ਚਾਂਦੀ ਦਾ ਗਲਾਸ ਅਤੇ ਛੋਟੀ ਚਾਂਦੀ ਦੀ ਰਕੇਬੀ ਵਿੱਚ ਅੰਗੂਰ ਲੈ ਕੇ ਉਸ ਮੇਰੇ ਅੱਗੇ ਲਿਆ ਰੱਖੇ। ਮੈਂ ਪਹਿਲੇ ਦਿਨ ਵਾਂਗ ਮਾਪਿਆਂ ਦੀ ਆਗਿਆ ਦੇ ਵਿਰੁੱਧ ਸਭ ਕੁਝ ਖਾ ਗਿਆ। ਇਸ਼ਨਾਨ ਕਮਰੇ ਵਿੱਚ ਮੇਰੇ ਹੱਥ ਅਤੇ ਨਾਲ ਮੂੰਹ ਹੀ ਧੋਆਇਆ ਗਿਆ। ਬਰਫ਼ ਚਿੱਟੇ ਤੌਲੀਏ ਨਾਲ ਮੂੰਹ ਸਾਫ਼ ਕਰਕੇ ਮੈਂ ਬਾਹਰ ਨਿਕਲਿਆ। ਰਾਧਾ ਮੇਰੇ ਮਗਰ ਸੀ। ਉਹ ਮੈਨੂੰ ਸਰਦਾਰਾਂ ਦੀ ਕੁੜੀ ਵਾਂਗ ਕਹਿੰਦੀ ਜਾਪੀ ਕਿ ਕੱਲ੍ਹ ਫਿਰ ਵੀ ਖੇਡਣ ਆਉਣਾ, ਤੁਹਾਨੂੰ ਬੜਾ ਸੋਹਣਾ ਨੱਚ ਨੱਚ ਕੇ ਦਿਖਾਵਾਂਗੀ। ਬੂਹਿਓਂ ਬਾਹਰ ਮੀਂਹ ਵੱਸ ਰਿਹਾ ਸੀ। ਤੇਜ਼ ਹਵਾ ਨਾਰੀਅਲ ਦੇ ਦਰੱਖਤਾਂ ਨੂੰ ਦੂਰੀਆਂ ਕਰਦੀ ਜਾਂਦੀ ਸੀ। ਮੈਂ ਭਿੱਜਦਾ ਭਿੱਜਦਾ ਆਪਣੀ ਨੁੱਕਰ ਮੁੜ ਕੇ ਅੰਦਰ ਵੜਿਆ। ਝਾਈ ਪਥਰਾਈ ਹੋਈ ਉਡੀਕ ਰਹੀ ਸੀ। ਮੈਨੂੰ ਪਿਆਰ ਨਾਲ ਆਪਣੇ ਨਾਲ ਘੁੱਟ ਕੇ ਉੱਪਰੇ ਗੁੱਸੇ ਨਾਲ ਪੁੱਛਿਆ, ਕਿੱਥੇ ਰਿਹਾ ਵੀ ਇੰਨਾ ਚਿਰ? ਮੈਂ ਮਾਪਿਆਂ ਅਤੇ ਕਿਤਾਬਾਂ ਦੀ ਸਿੱਖਿਆ ਦੇ ਉਲਟ ਪਹਿਲੀ ਵਾਰ ਝੂਠ ਬੋਲਦਿਆਂ ਉੱਤਰ ਦਿੱਤਾ, ਅਵਿਨਿੰਦਰ ਦੇ ਘਰ, ਉਸ ਨਵਾਂ ਮਸ਼ੀਨੀ ਲਾ। ਦੂਸਰੇ ਦਿਨ ਮੇਰਾ ਸਕੂਲ ਵਿੱਚ ਬਿਲਕੁਲ ਦਿਲ ਨਾ ਲੱਗਾ। ਮਸੀਂ ਮਸੀਂ ਛੁੱਟੀ ਦੀ ਘੰਟੀ ਵੱਜੀ। ਬਿਪਨ ਨੇ ਆਪੇ ਤੁਰਨ ਵਾਲੀ ਮੋਟਰ ਬਸਤੇ ਵਿੱਚ ਪਾ ਕੇ ਆਉਂਦੀ ਹੋਈ ਸੀ। ਉਹ ਚਾਹੁੰਦਾ ਸੀ ਸੜਕ ਦੇ ਫੁੱਟਪਾਥਾਂ 'ਤੇ ਅਸੀਂ ਉਸਨੂੰ ਚਲਾ ਚਲਾ ਕੇ ਖੇਡੀਏ, ਪਰ ਮੈਂ ਅੱਜ ਉਸਨੂੰ ਸੁੱਕਾ ਜਵਾਬ ਦੇ ਦਿੱਤਾ। ਮੈਂ ਰਾਧਾ ਨਾਲ ਖੇਡਣਾ ਚਾਹੁੰਦਾ ਸਾਂ ਅਤੇ ਵੇਖਣਾ ਚਾਹੁੰਦਾ ਸਾਂ ਉਹ ਹੋਣ ਵਾਲਾ ਨਾਚ। ਮੈਂ ਘਰ ਜਾ ਕੇ ਦੁੱਧ ਨਾ ਪੀਣ ਦਾ ਬਹਾਨਾ ਘੱਟ ਸੁਣਾਇਆ। ਅਵਿਨਿੰਦਰ ਦੇ ਘਰ ਖੇਡਣ ਦਾ ਝੂਠ ਬੋਲ ਕੇ ਮੈਂ ਰਾਧਾ ਦੇ ਘਰ ਆਉਣ ਵੜਿਆ। ਰਾਧਾ ਅੱਗੇ ਖੜੀ ਉਡੀਕਦੀ ਸੀ। ਉਸਦੀ ਪੁਸ਼ਾਕ ਅੱਜ ਹੱਦੀ ਸੀ। ਮੈਂ ਕਦੇ ਕਿਸੇ ਤੀਵੀ ਨੂੰ ਇਹੋ ਜਿਹੀ ਸੋਹਣੀ ਸਾੜੀ ਅਤੇ ਸ਼ਿੰਗਾਰ ਵਿੱਚ ਨਹੀਂ ਸੀ ਦੇਖਿਆ। ਉਹ ਮੈਨੂੰ ਆਪਣੀ ਉਂਗਲ ਫੜ ਕੇ ਬਾਵਰਚੀ ਖਾਨੇ ਵੱਲ ਲੈ ਗਈ। ਇੱਕ ਆਸਣ 'ਤੇ ਮੈਨੂੰ ਬਿਠਾ ਕੇ ਉਹ ਆਪਣੀ ਜਿਹੀ ਬਹਿ ਗਈ। ਸਾਹਮਣੇ ਪਏ ਚਾਂਦੀ ਦੇ ਭਾਂਡਿਆਂ ਵਿੱਚ ਦੁੱਧ, ਮਲਾਈ, ਚੌਲ, ਇੱਥੋਂ ਤੱਕ ਕਿ ਫੁਲਕੇ, ਸਬਜ਼ੀ ਅਤੇ ਮੱਖਣ ਵੀ ਪਏ ਸਨ। ਮੇਰੀ ਨਾਂਹ ਨੁੱਕਰ ਦਾ ਕੋਈ ਖਿਆਲ ਨਾ ਕਰਦਿਆਂ ਉਸ ਚਮਚਿਆਂ ਅਤੇ ਬੁਰਕੀਆਂ ਨਾਲ ਮੈਨੂੰ ਖਵਾਉਣਾ ਸ਼ੁਰੂ ਕਰ ਦਿੱਤਾ। ਮੈਂ ਝੱਟ ਹੀ ਰੱਜ ਗਿਆ। ਰਾਧਾ ਨੇ ਇਸ਼ਨਾਨ ਕਮਰੇ ਵਿੱਚ ਮੇਰਾ ਮੂੰਹ ਹੱਥ ਸਾਫ਼ ਕਰਾਇਆ। ਅਸੀਂ ਵੱਖੀ ਵਾਲੇ ਕਮਰੇ 'ਚ ਵੜੇ। ਅਗਰਬੱਤੀ ਨਾਲ ਮਹਿਕਿਆ ਹੋਇਆ ਸੀ। ਸ਼ਿੰਗਾਰ ਟੇਬਲ 'ਤੇ ਇੱਕ ਚਾਂਦੀ ਦੀ ਥਾਲੀ ਵਿੱਚ ਸਿਹਰੇ ਫੁੱਲ ਅਤੇ ਘਿਓ ਦੇ ਅਣਜਗੇ ਦੀਵੇ ਸਨ। ਮੇਰੇ ਦੇਖਦਿਆਂ ਦੇਖਦਿਆਂ ਸਾੜੀ ਦੇ ਲੜ ਵਾਲੇ ਚਾਬੀਆਂ ਦੇ ਗੁੱਛੇ ਵਿੱਚੋਂ ਇੱਕ ਚਾਬੀ ਚੁਣ ਕੇ ਵਾਰਡਰੋਬ ਖੋਲ੍ਹੀ ਗਈ। ਉਸ ਵਿੱਚੋਂ ਇੱਕ ਨਵੀਂ ਪੀਲੀ ਰੇਸ਼ਮੀ ਧੋਤੀ ਕੱਢ ਕੇ ਰਾਧਾ ਨੇ ਪਲੰਘ 'ਤੇ ਰੱਖੀ। ਇੱਕ ਕਿੱਲੀ ਤੋਂ ਮੋਰ ਦੇ ਖੰਭਾਂ ਦਾ ਇੱਕ ਮੁਕਟ ਲਾਉਂਦਿਆਂ ਰਾਧਾ ਨੇ ਕਿਹਾ, ਕ੍ਰਿਸ਼ਨ ਚੰਦਰ,
ਇਹ ਮੈਂ ਆਪਣੇ ਹੱਥੀ ਤੁਹਾਡੇ ਲਈ ਬਣਾਇਆ। ਮੈਂ ਹਾਲੀ ਵੀ ਹੈਰਾਨ ਖੜਾ ਸਾਂ ਜਦ ਰਾਧਾ ਨੇ ਸ਼ਿੰਗਾਰ ਟੇਬਲ ਦੇ ਦਰਾਸ ਚੋਂ ਇੱਕ ਮੁਰਲੀ ਕੱਢ ਲਿਆਂਦੀ। 10 ਮਿੰਟਾਂ ਦੇ ਅੰਦਰ ਧੋਤੀ ਮੁਕਟ ਸਿਹਰੇ 'ਤੇ ਬੰਸਰੀ ਨਾਲ ਸਜਾ ਕੇ ਮੈਨੂੰ ਕੱਲ ਵਾਂਗ ਖੜਾ ਕੀਤਾ ਗਿਆ। ਇੱਕ ਸਿਹਰਾ ਸਾਹਮਣੀ ਤਸਵੀਰ ਦੇ ਗਲ ਵੀ ਪਾਇਆ ਗਿਆ। ਮੈਂ ਆਪਣਾ ਮੂੰਹ ਜਦ ਸਾਹਮਣੇ ਸ਼ੀਸ਼ੇ ਵਿੱਚ ਦੇਖਿਆ ਤਾਂ ਹੂਬ ਹੂ ਸਾਹਮਣੀ ਤਸਵੀਰ ਵਰਗਾ ਸੀ। ਮੈਂ ਪੁੱਛਿਆ, ਰਾਧਾ ਉਹ ਕਿਸ ਦੀ ਮੂਰਤ ਹੈ? ਉਸ ਮੁਸਕਰਾਉਂਦਿਆਂ ਕਿਹਾ, ਤੁਹਾਨੂੰ ਪਤਾ ਹੀ ਨਹੀਂ, ਕ੍ਰਿਸ਼ਨ ਚੰਦਰ ਦੀ। ਮੇਰੀ? ਮੈਂ ਪੁੱਛਿਆ। ਹਾਂ ਹਾਂ, ਕ੍ਰਿਸ਼ਨ ਚੰਦਰ ਦੀ। ਮਾਚਿਸ ਬਾਲ ਕੇ ਥਾਲੀ ਵਿਚਲੇ 5 ਦੀਵੇ ਜਗਾਏ ਗਏ ਅਤੇ ਰਾਧਾ ਦੋਹਾਂ ਹੱਥਾਂ ਵਿੱਚ ਉਹਨਾਂ ਨੂੰ ਲੈ ਕੇ ਹਾਜ਼ਰ ਹੋਈ। ਮੇਰੇ ਸਾਹਮਣੇ ਖੜੋ ਕੇ ਉਸ ਦੋਵੇਂ ਅੱਖਾਂ ਮੀਟ ਲਈਆਂ। ਅੱਖਾਂ ਖੋਲ੍ਹ ਕੇ ਥਾਲੀ ਦੇ ਕੰਢੇ 'ਤੇ ਘੋਲੇ ਹੋਏ ਕੇਸਰ ਦੇ ਚੌਲਾਂ ਦਾ ਉਸ ਆਪਣੀ ਚੀਚੀ ਨਾਲ ਦੀ ਉਂਗਲੀ ਦੇ ਨਾਲ ਮੈਨੂੰ ਭਿੱਕਾ ਲਾ ਦਿੱਤਾ। ਮੈਨੂੰ ਖਬਰੇ ਕੀ ਸੂਝੀ, ਮੈਂ ਵੀ ਆਪਣੀ ਉਸੇ ਉਂਗਲੀ ਨੂੰ ਕੇਸਰ ਲਾ ਕੇ ਹੱਥ ਉਸਦੇ ਮੱਥੇ ਵੱਲ ਵਧਾਇਆ। ਉਸ ਮੱਥਾ ਝੁਕਾ ਦਿੱਤਾ। ਮੇਰੀ ਉਂਗਲੀ ਲੱਗਦਿਆਂ ਹੀ ਕੰਬ ਉੱਠੀ। ਉਸਦੀ ਦੀਵਿਆਂ ਵਾਲੀ ਥਾਲੀ ਉਸਦੇ ਹੱਥਾਂ ਵਿੱਚ ਕੰਬੀ, ਦੀਵਿਆਂ ਦੀਆਂ ਲਾਟਾਂ ਕੰਬੀਆਂ, ਧੂਫ ਦਾ ਧੂੰਆਂ ਕੰਬਿਆ ਅਤੇ ਘੁੰਗਰੂਆਂ ਵਰਗੀ ਛਣਕ ਦੀ ਆਵਾਜ਼ ਖਬਰੇ ਕਿਵੇਂ ਉਸਦੇ ਪੈਰਾਂ ਵਿੱਚੋਂ ਕੰਬੀ। ਇੱਕਦਮ ਉਹ ਆਪਣੀ ਥਾਂ ਤੋਂ ਹਿੱਲੀ ਅਤੇ ਇਉਂ ਅਗਾਂਹ ਵਧੀ ਜਿਵੇਂ ਤਿਲਕ ਕੇ ਡਿੱਗਣ ਲੱਗੀ ਹੋਵੇ, ਪਰ ਝੱਟ ਹੀ ਸੰਭਲ ਗਈ। ਹੌਲੀ ਹੌਲੀ ਉਸਦੇ ਤਿਲਕਣ ਅਤੇ ਸੰਭਲਣ ਦੀ ਚਾਲ ਵੱਧ ਗਈ। ਮੈਂ ਸਮਝ ਗਿਆ ਕਿ ਨਾਚ ਸ਼ੁਰੂ ਹੈ। ਉਸਦੇ ਲੱਕ ਝੁਕਾਉਣ ਨਾਲ ਉਸਦੇ ਖੁੱਲ੍ਹੇ ਵਾਲ ਧਰਤੀ ਨੂੰ ਛੂਹ ਜਾਂਦੇ ਸਨ। ਉਹ ਹਵਾ ਦੀ ਪੁਤਲੀ ਲਹਿਰਾਂ ਵਾਂਗ ਦੂਰੀ ਹੋ ਜਾਂਦੀ ਸੀ। ਚਾਲ ਤੇਜ਼ ਹੋਣੀ ਸ਼ੁਰੂ ਹੋਈ। ਘੁੰਗਰੂਆਂ ਦੀ ਘੁੱਕਰ ਨਾਲ ਕਮਰੇ ਵਿੱਚ ਇੱਕ ਸੁੱਤਾ ਜੀ ਛਾ ਗਈ। ਚਾਲ ਹੋਰ ਤੇਜ਼ ਹੋ ਗਈ। ਜਗਦੀਆਂ ਜੋਤਾਂ ਦਾ ਇੱਕ ਚੱਕਰ ਮੇਰੇ ਦੁਆਲੇ ਵੱਜ ਗਿਆ। ਮੇਰੀਆਂ ਅੱਖਾਂ ਅੱਗੇ ਭੰਬਰ ਤਾਰੇ ਉੱਡਣ ਲੱਗ ਪਏ। ਮੇਰੇ ਦੁਆਲੇ ਕਈ ਰਾਧਾ ਦਿਸਣ ਲੱਗ ਪਈਆਂ। ਮੇਰੀ ਆਪਣੀ ਸ਼ਕਲ ਦੇ ਕਈ ਮੁੰਡੇ ਮੇਰੀ ਹੁਣ ਦੀ ਪੁਸ਼ਾਕ ਵਿੱਚ ਉਹਨਾਂ ਨਾਲ ਸਨ। ਮੇਰੇ ਉੱਤੇ ਮੇਰਾ ਕਾਬੂ ਘੱਟ ਮਲੂਮ ਹੁੰਦਾ ਸੀ। ਇਉਂ ਮਲੂਮ ਹੋਣ ਲੱਗਾ ਜਿਵੇਂ ਕਿਸੇ ਨੇ ਮੇਰੀਆਂ ਉਂਗਲਾਂ ਮੁਰਲੀ ਦੀਆਂ ਸ਼ੇਕਾਂ 'ਤੇ ਬਦੋ ਬਦੀ ਰੱਖ ਦਿੱਤੀਆਂ ਸਨ। ਮੈਂ ਸ਼ੇਕ 'ਤੇ ਹੇਠਲਾ ਬੁਲ ਰੱਖ ਕੇ ਫੂਕ ਮਾਰੀ। ਮੇਰੀਆਂ ਨਿੱਕੀਆਂ ਨਿੱਕੀਆਂ ਉਂਗਲਾਂ ਖਬਰੇ ਕਿੱਦਾਂ ਉਹਨਾਂ ਸ਼ੇਕਾਂ 'ਤੇ ਨਾਚ ਕਰਨ ਲੱਗ ਪਈਆਂ। ਮੈਂ ਕਦੇ ਬੰਸਰੀ ਨਹੀਂ ਵਜਾਈ ਸੀ ਅਤੇ ਨਾ ਹੀ ਹੁਣ ਕੋਈ ਸਾਜ਼ ਵਜਾ ਸਕਦਾ ਹਾਂ, ਪਰ ਉਸ ਵੇਲੇ ਵਰਗੀ ਬੰਸਰੀ ਮੈਂ ਕਦੇ ਕਿਸੇ ਉਸਤਾਦ ਕੋਲੋਂ ਵੀ ਨਹੀਂ ਸੁਣ ਸਕਿਆ। ਹੌਲੀ ਹੌਲੀ ਮੇਰੀਆਂ ਉਂਗਲਾਂ ਢਿੱਲੀਆਂ ਪੈਣੀਆਂ ਸ਼ੁਰੂ ਹੋ ਗਈਆਂ। ਨਾਚ ਦੀ ਚਾਲ ਘੱਟਦੀ ਘੱਟਦੀ ਘੱਟ ਗਈ। ਰਾਧਾ ਇੱਕ ਰਹਿ ਗਈ, ਮੈਂ ਇੱਕ ਰਹਿ ਗਿਆ। ਕਮਰੇ ਵਿੱਚ ਕਬਰ ਵਰਗੀ ਚੁੱਪ ਛਾ ਗਈ। ਰਾਧਾ ਸ਼ਰਾਬੀਆਂ ਵਾਂਗ ਹੁਲਾਰੇ ਖਾ ਰਹੀ ਸੀ, ਪਰ ਦੀਵਿਆਂ ਵਾਲੀ ਥਾਲੀ ਨੂੰ ਨਹੀਂ ਸੀ ਡਿੱਗਣ ਦਿੰਦੀ। ਮੈਂ ਆਪਣੀ ਥਾਂ ਛੱਡ ਕੇ ਅਗਾਂਹ ਵਧਿਆ। ਥਾਲੀ ਉਸਦੇ ਹੱਥੋਂ ਫੜ ਕੇ ਸ਼ਿੰਗਾਰ ਟੇਬਲ 'ਤੇ ਰੱਖਣ ਦੀ ਦੇਰ ਸੀ ਕਿ ਉਹ ਕੜਾਮ ਕਰਕੇ ਭੁੰਜੇ ਡਿੱਗ ਪਈ। ਮੁਰਲੀ ਮੰਜੇ 'ਤੇ ਸੁੱਟ ਕੇ ਮੈਂ ਉਸਨੂੰ ਸਾਂਭਿਆ। ਪਤਾ ਨਹੀਂ ਉਦੋਂ ਮੇਰੇ ਵਿੱਚ ਇੰਨਾ ਬਲ ਕਿਵੇਂ ਆ ਗਿਆ ਸੀ। ਮੈਂ ਹਰ ਹਾਲਤ ਵਿੱਚ ਆਪਣੇ ਆਪ ਨੂੰ ਪੂਰਾ ਆਦਮੀ ਸਮਝਦਾ ਸਾਂ। ਆਪਣੀ ਧੋਤੀ ਦੇ ਪੱਲੇ ਨਾਲ ਮੈਂ ਉਸਨੂੰ ਪੱਖਾ ਕਰਕੇ ਪੂਰੀ ਹੋਸ਼ ਵਿੱਚ ਆਉਂਦਾ। ਉਸ ਉੱਠ ਕੇ ਮੇਰੀ ਗੱਲ ਚੁੰਮ ਲਈ। ਕੰਬੜੀਆਂ ਦਾ ਹੜ ਮੇਰੀ ਨਸ ਨਸ ਵਿੱਚ ਫਿਰ ਗਿਆ। ਮੈਂ ਨੀਂ ਬੇਹੋਸ਼ੀ ਦੀ ਹਾਲਤ ਵਿੱਚ ਉਸਨੂੰ ਆਪਣੀ ਗਲਵੱਕੜੀ ਵਿੱਚ ਲੈ ਲਿਆ। ਉਹ ਵੀ ਫਿਰ ਕੰਬੀ ਅਤੇ ਇੱਕ ਵਾਰੀ ਆਪਣੀਆਂ ਬਾਹਾਂ ਨਾਲ ਮੈਨੂੰ ਘੁੱਟ ਕੇ ਮੇਰੀਆਂ ਬਾਹਾਂ ਵਿੱਚ ਆਪਣੇ ਆਪ ਨੂੰ ਨਿੱਸਾ ਸੁਰ ਦਿੱਤਾ। ਮੈਂ ਉਸਦੀਆਂ ਗੱਲਾਂ ਚੁੰਮੀਆਂ, ਬੁੱਲ ਚੁੰਮੇ, ਅੱਖਾਂ ਚੁੰਮੀਆਂ, ਵਾਲ ਚੁੰਮੇ, ਪਰ ਉਹ ਨਿੱਸਲ ਪਈ ਸੀ। ਮੈਂ ਉਸਦੇ ਚਿਹਰੇ ਵੱਲ ਦੇਖਣ ਲੱਗ ਪਿਆ। ਕੁਝ ਚਿਰ ਮਗਰੋਂ ਉਸ ਆਪਣੀਆਂ ਨੀਂ ਬੇਹੋਸ਼ ਅੱਖਾਂ ਖੋਲ੍ਹੀਆਂ ਅਤੇ ਝੱਠੀ ਬੰਦ ਕਰ ਲਈਆਂ। ਅਚਾਨਕ ਬੂਹਾ ਖੜਕਿਆ, ਅਸੀਂ ਉੱਠ ਖੜੋਤੇ। ਡਾਕਟਰ ਨੂੰ ਦਿਖਾਇਆ ਗਿਆ। ਉਸ ਦੱਸਿਆ ਕਿ ਮੇਰੀ ਸਿਹਤ ਬਿਲਕੁਲ ਠੀਕ ਹੈ। ਭੁੱਖ ਕਿਉਂ ਨਹੀਂ ਲੱਗਦੀ ਇਸ ਨੂੰ? ਮੇਰੇ ਪਿਤਾ ਜੀ ਨੇ ਡਾਕਟਰ ਜੀ ਤੋਂ ਪੁੱਛਿਆ। ਹਾਜ਼ਮਾ ਤਾਂ ਦਰੁਸਤ ਹੈ, ਡਾਕਟਰ ਨੇ ਜਵਾਬ ਦਿੱਤਾ। ਸਕੂਲ ਦੇ ਇਮਤਿਹਾਨ ਦੀ ਰਿਪੋਰਟ ਚੰਗੀ ਸੀ, ਪਰ ਫਿਰ ਵੀ ਮੇਰੀ ਨਿਗਰਾਨੀ ਰੱਖੀ ਜਾਣ ਲੱਗ ਪਈ। ਮੈਂ ਰੋਜ਼ ਰਾਧਾ ਦੇ ਜਾਂਦਾ ਸਾਂ, ਇਸ ਦਾ ਕਦੇ ਕਿਸੇ ਨੂੰ ਸ਼ੱਕ ਹੀ ਨਹੀਂ ਸੀ। ਪਰ ਮੇਰੀ ਚਾਈ ਜੀ, ਜਿਨ੍ਹਾਂ ਨੂੰ ਮੇਰੀ ਰਾਤ ਦੀ ਰੋਟੀ ਰੋਜ਼ ਨਾ ਖਾਣ ਕਰਕੇ ਫਿਕਰ ਲੱਗਾ ਰਹਿੰਦਾ ਸੀ, ਖੁਫੀਆ ਪੁਲਿਸ ਵਾਂਗ ਮੇਰੇ ਮਗਰ ਲੱਗ ਗਏ। ਇੱਕ ਦਿਨ ਜਦ ਮੈਂ ਰਾਧਾ ਵੱਲ ਗਿਆ ਤਾਂ ਦੱਬੇ ਪੈਰੀ ਲੁਕ ਲੁਕ ਕੇ ਮੇਰੇ ਪਿੱਛੇ ਗਏ। ਬੂਹਾ ਅੰਦਰੋਂ ਬੰਦ ਹੋ ਜਾਣ ਦੀ ਹਾਲਤ ਵਿੱਚ ਉਹ ਅੰਦਰ ਨਾ ਆ ਸਕੇ। ਬਾਹਰ ਬੂਹੇ ਨਾਲ ਕੰਨ ਲਾ ਕੇ ਖਬਰੇ ਕਿੰਨਾ ਚਿਰ ਖੜ੍ਹੇ ਰਹੇ ਹੋਣਗੇ। ਨਾਚ ਮੁੱਕਣ ਤੋਂ ਮਗਰੋਂ ਸਾਨੂੰ ਉਹਨਾਂ ਦੀਆਂ ਤੇਜ਼ ਆਵਾਜ਼ਾਂ ਸੁਣਾਈ ਦਿੱਤੀਆਂ। ਉਹ ਉੱਚੀ ਕਹਿ ਰਹੇ ਸਨ, ਰਾਮ ਪਿਆਰੀ, ਰਾਮ ਪਿਆਰੀ। ਮੈਂ ਡਰ ਗਿਆ, ਪਰ ਰਾਧਾ ਨੇ ਉਹ ਕੱਪੜੇ ਛੇਤੀ ਹਿਲਾ ਦਿੱਤੇ ਅਤੇ ਮੇਰੇ ਪਾ ਦਿੱਤੇ। ਮੂੰਹ ਹੱਥ ਵਾਜਾਂ ਦੀ ਵਾਛੜ ਵਿੱਚ ਹੀ ਧਵਾ ਦਿੱਤੇ ਗਏ। ਮੈਨੂੰ ਫਿਰ ਉਸੇ ਅੰਦਰ ਲੁਕਾ ਕੇ ਉਹ ਬਾਹਰ ਨਿਕਲੀ ਅਤੇ ਬੂਹਾ ਖੋਲ੍ਹ ਕੇ ਮੇਰੀ ਝਾਈ ਨੂੰ ਪੁੱਛਿਆ, ਕੀ ਗੱਲ ਹੈ? ਝਾਈ ਨੇ ਗੁੱਸੇ ਭਰੀਆਂ ਅੱਖਾਂ ਨਾਲ ਪੁੱਛਿਆ, ਕ੍ਰਿਸ਼ਨ ਕਿੱਥੇ ਆ? ਰਾਧਾ ਨੇ ਆਖਿਆ, ਇੱਥੇ ਕਿੱਥੇ ਹੋਏਗਾ? ਮੈਂ ਆਪ ਅੰਦਰ ਵੜਦਾ ਦੇਖਿਆ, ਝਾਈ ਨੇ ਕੜਕ ਕੇ ਕਿਹਾ। ਮੈਂ ਅੰਦਰ ਦੇਖਦੀ ਹਾਂ, ਰਾਧਾ ਨੇ ਬੜੀ ਸ਼ਾਂਤੀ ਨਾਲ ਕਿਹਾ। ਮੇਰੇ ਸੁੱਤਿਆਂ ਸੁੱਤਿਆਂ ਕਈ ਵਾਰੀ ਅੰਦਰ ਦਾ ਬੂਹਾ ਉਡਾ ਕੇ ਇਕੱਲਾ ਖੇਡਦਾ ਰਹਿੰਦਾ। ਅੰਦਰ ਆ ਕੇ ਉਸ ਮੈਨੂੰ ਬਾਂਹ ਤੋਂ ਫੜ ਲਿਆ। ਮੈਂ ਡਰ ਨਾਲ ਨਿਤਾਣਿਆਂ ਵਾਂਗ ਕੰਬ ਰਿਹਾ ਸਾਂ। ਰਾਧਾ ਨੇ ਹੌਲੀ ਜਿਹੇ ਕਿਹਾ, ਡਰੋ ਨਾ ਮੇਰੇ ਕ੍ਰਿਸ਼ਨ, ਅਸੀਂ ਚੋਰੀ ਨਹੀਂ ਕੀਤੀ, ਪਾਪ ਨਹੀਂ ਕੀਤਾ,
मैं हौसला करके उसे तरह तरीकता उस नाल बाहर आंदा गया। मेरी बाह चाई जी नूं फड़ाउंदिया आख्या, आलू फड़ो अपना मक्खन चोर, अंदरले कमरे च लुकिया होया सी। मेरी चाई मैनूं छड़ के अंदर वड़ गई। वक्खी वाले कमरे विच खिलरदियां चीज़ां ते जगदियां जोतां देख के उस उच्ची दित्ती कीता ते एक शक भरी नज़र राधा ते सुट के बड़ी आकड़ ना मुड़ आई। आउंदे मैनूं पैणियां शुरू हो गईयां। राधा छुड़ाउण वास्ते बाहर आई पर फिर अंदर मुड़ गई, फिर आई फिर मुड़ गई। मेरी गल ते एक चपेड़ पैंदी इकट्ठी हो जांदी सी। कमरे विच मैनूं डक के चाई जी पिता जी नूं डिगदे रहे। मैं जाण के घुराड़े मारन लग पिया। बड़े प्रेम नाल चाई जी ने पिता जी नूं रोटी खवाई। रोटी खा के कुछ चिर बरांडे विच टहलण मगरों पिता जी अपने पलंग त्यार लेटे। चाई जी ने भी बाकी दे काम खत्म करके अपनी मंजी मल्ली। कुछ चिर मगरों चाई जी ने हौली जी कहा, ये जी जागदे हो? पिता जी ने पासा मुड़ के कहा, आहो मैं गल करनी सी। चाई जी ने सलैजे विच कहा जिवें गल बड़ी जरूरी होवे। की गल है? चाई जी ने अज जो कुछ देखा सुनिया सी आख सुनाया। अंत विच क्या खबरे की करदी रहिंदी है बंगालन जादूगरनी मेरे लाल नूं अंदर वाड़ के? पिता जी ने उत्तर दिता, शुदैन ना बनिया कर सोधा। चाई जी दे बहुत जोर देने ते पिता जी ने आख्या, अच्छा मिलांगे बुढ़े नूं सवेरे। तीजे दिन जब मैं स्कूलों मुड़िया मैं अपने घर जाती थान पहले राधा दे घर वल मुड़िया। बूहा चौट चपट खुला सी, अंदर कोई समान नहीं सी। मैं अखां मल के गौ नाल फिर तकिया, फिर भी नहीं सी। मैं नाल दे कमरे विच गया, उत्थे भी कोई नहीं सी। मैनूं इदां प्रतीत होण लगा जिवें मेरे शरीर नालों कोई अंग कट लिया गया है। मैं बस्ते समेत कमरे दी नुक्कर विच धस गया। इदां मालूम हुंदा सी जिवें मैं पताल वल जा रहा हाँ। अचानक किसे मेरी बाह आण पकड़ी। पहलों मैं समझिया राधा होएगी पर बाह बड़े जोर दी फड़ी गई सी। मैं उतां तकिया, चाई सी। मैं रो रहा सां, चाई मैनूं धू के अपने पासे वल ले जा रहा।